ਤਾਂ ਦੱਸ ਦਿਓ ਕਿ ਵੱਡੀ ਵਾਰਦਾਤ ਹੋਈ ਹੈ ਜਿੱਥੇ ਦਿਨ ਦਿਹਾੜੇ ਗੋਲੀਆਂ ਚਲਾ ਕੇ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਹੈ ਤਾਂ ਇਸਦੇ ਵਿੱਚ ਤਿੰਨ ਲੋਕ ਗੰਭੀਰ ਜ਼ਖਮੀ ਵੀ ਹੋਏ ਨੇ। ਤਾਂ ਤੁਹਾਨੂੰ ਦੱਸ ਦਿਓ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਤਰ੍ਹਾਂ ਦੇ ਵਿੱਚ ਲੜਾਈ ਹੋਈ ਸੀ, ਜਿਸ ਦੇ ਵਿੱਚ ਗੋਲੀਆਂ ਚੱਲ ਜਾਂਦੀਆਂ ਨੇ ਅਤੇ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਇਸ ਪੂਰੀ ਵਾਰਦਾਤ ਦੇ ਵਿੱਚ ਤਿੰਨ ਲੋਕ ਗੰਭੀਰ ਜ਼ਖਮੀ ਵੀ ਹੋਏ ਨੇ, ਜਿਨ੍ਹਾਂ ਨੂੰ ਕਿ ਨਜ਼ਦੀਕੀ ਹਸਪਤਾਲਾਂ ਦੇ ਵਿੱਚ ਦਾਖਲ ਕਰਵਾ ਦਿੱਤਾ ਹੈ। ਤਾਂ ਤੁਹਾਨੂੰ ਦੱਸ ਦਿਓ ਕਿ ਜ਼ਮੀਨੀ ਵਿਵਾਦ ਸੀ ਜਿਸ ਨੂੰ ਲੈ ਕੇ ਵੱਡੀ ਝੜਪ ਹੋਈ ਹੈ ਅਤੇ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਹੈ। ਤਾਂ ਅੰਮ੍ਰਿਤਸਰ ਦੇ ਵਿੱਚ ਇਹ ਵੱਡੀ ਵਾਰਦਾਤ ਹੋਈ ਹੈ ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲ ਪੈਂਦੀਆਂ ਨੇ ਅਤੇ ਦੋ ਨੌਜਵਾਨਾਂ ਦੀ ਇਸ ਦੇ ਵਿੱਚ ਜਾਨ ਚਲੀ ਜਾਂਦੀ ਹੈ, ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਵੀ ਪਹੁੰਚੀ ਹੈ ਅਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਿਓ ਕਿ ਵੱਡੀ ਵਾਰਦਾਤ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਜਿੱਥੇ ਦਿਨ ਦਿਹਾੜੇ ਗੋਲੀਆਂ ਚੱਲ ਜਾਂਦੀਆਂ ਨੇ ਅਤੇ ਦੋ ਨੌਜਵਾਨਾਂ ਦੀ ਇਸ ਦੇ ਵਿੱਚ ਜਾਨ ਚਲੀ ਜਾਂਦੀ ਹੈ। ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਇਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਪੋਸਟਮਾਰਟਮ ਕਰਵਾਇਆ ਜਾ ਰਿਹਾ, ਜਿਸ ਤੋਂ ਬਾਅਦ ਹੁਣ ਪੁਲਿਸ ਜਾਂਚ ਦੇ ਵਿੱਚ ਜੁਟ ਗਈ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਤਰ੍ਹਾਂ ਦੇ ਵਿੱਚ ਝੜਪ ਹੋਈ ਸੀ, ਤਾਂ ਮੌਕੇ 'ਤੇ ਝੜਪ ਇੰਨੀ ਵੱਧ ਜਾਂਦੀ ਹੈ ਕਿ ਗੋਲੀਆਂ ਚੱਲ ਪੈਂਦੀਆਂ ਨੇ ਅਤੇ ਦੋ ਨੌਜਵਾਨਾਂ ਦੀ ਇਸ ਦੇ ਵਿੱਚ ਮੌਤ ਹੋ ਗਈ ਹੈ। ਗੱਲ ਇਹ ਵੀ ਉਹਨਾਂ ਦਾ 40-45 ਸਾਲ ਪੁਰਾਣਾ ਉਹਨਾਂ ਦਾ ਵਟਾਂਦਰਾ ਆਇਆ ਸੀਗਾ ਅਤੇ ਜਿਨ੍ਹਾਂ ਨਾਲ ਵਟਾਂਦਰਾ ਸੀ ਇਹ ਜੱਟ ਹੀ, ਉਹ ਮਜ਼ਬੀ ਸਿੱਖ ਸੀਗੇ ਅਤੇ ਉਹ ਜਦੋਂ ਵਟਾਂਦਰਾ ਹੋਇਆ ਜੀ ਉਹਨਾਂ ਆਣ ਕੇ ਪਹਿਲੀ ਵਾਰ ਇਹਨਾਂ ਗੱਲਬਾਤ ਕਰਨ ਗਏ ਆ, ਉਹਨਾਂ ਦੇ ਕੋਲ ਦੋ ਨੰਬਰ ਦੇ ਹਥਿਆਰ ਹੀ ਪਿਸਟਲ ਵਗੈਰਾ ਸੀਗਾ ਅਤੇ ਉਹਨਾਂ ਗੱਲ ਨਹੀਂ ਇਹਨਾਂ ਦੀ ਸੁਣੀ ਅਤੇ ਪਿਸਟਲ ਦੀਆਂ ਗੋਲੀਆਂ ਲਾ ਪਏ ਮਾਰਨ। ਇੱਕ ਵਾਰੀ ਤਾਂ ਉਹ ਭੱਜ ਗਏ ਆ, ਇੱਕ ਵਾਰੀ ਭੱਜ ਗਏ ਅਤੇ ਇੱਕ ਗੱਡੀ ਇਹਨਾਂ ਦੇ ਮਨ 'ਚ ਆਪਦੀ ਇਹ ਖਲੋ ਗਏ ਆ, ਜਦੋਂ ਇਹਨਾਂ ਕੋਲ ਸੋਟਾ ਸੀ, ਕੋਈ ਬਸ ਸੋਟਾ ਸੀ ਕਹਿ ਸਕਦੇ ਹਾਂ ਸਿੰਪਲ, ਕੋਈ ਇਹ ਲੜਨ 'ਤੇ ਗਏ ਨਹੀਂ, ਕੁਦਰਤੀ ਇਹਨਾਂ ਕਿਤੇ ਹੁੰਦੀ ਆ ਡੰਗ ਡੁੰਗ ਬੰਬੀ 'ਤੇ ਪਈ ਹੁੰਦੀ ਸੱਪ ਸੁੱਪ ਕਰਕੇ, ਇਹਨਾਂ ਜਦੋਂ ਡੰਗ ਲੈ ਭੱਜੇ ਉਹ ਭੱਜੇ ਪਿਸਟਲ ਲੈ ਕੇ ਭੱਜ ਗਏ ਇੱਕ ਵਾਰੀ ਜੀ, ਇੱਕ ਗੱਡੀ ਉਤਰੀ ਉਹਦੇ ਵਿੱਚ 12 ਬੋਰ 315 ਹਥਿਆਰ ਲੈ ਕੇ ਉਤਰੇ, ਇਹਨਾਂ ਨੂੰ ਪਤਾ ਨਹੀਂ ਸੀ, ਕੋਈ 2-4 ਕਿੱਲੇ ਅਤੇ 1.5 ਕਿੱਲੇ ਤੋਂ ਮੁੜ ਕੇ ਫਾਇਰਿੰਗ ਉਹਨਾਂ ਕੀਤੀ ਆ ਅਤੇ 3 ਬੰਦੇ ਫਟਰ ਕਰਤੇ, 2 ਮੌਕੇ 'ਤੇ ਮੌਤ ਹੋ ਗਈ। ਗੋਲੀਆਂ ਦਾ ਜੀ ਕੋਈ ਅੰਤ ਨਹੀਂ, ਕਿੰਨੇ ਵੀ ਚੱਲੇ, ਜਿਹੜੀ ਗੋਲੀ ਚਲਵਾਉਣ ਵਾਲੇ ਆ ਉਹ ਘੱਟੋ ਘੱਟ ਹੋਣੇ 20-25 ਜਣੇ। ਹਾਂਜੀ, ਪਲੈਨਿੰਗ ਦੇ ਨਾਲ ਆਏ, ਇਹ ਜ਼ਖਮੀ 3 ਜਣੇ ਹੋਏ ਆ ਜੀ, ਡੈਥ 2 ਜਣੇ ਦੀ ਹੋਈ ਆ। ਹਾਂਜੀ, ਵਿਆਹ ਆ ਜੀ ਬੱਚਿਆਂ ਵਾਲੇ, ਇੱਕ ਦਾ ਨਾਮ ਬਲਵੰਤ ਸਿੰਘ ਹੈ ਜੀ ਅਤੇ ਇੱਕ ਦਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਜ਼ਖਮੀ ਉਹਨਾਂ ਦਾ ਨਾਮ ਕੀ ਹੈ? ਇੱਕ ਦਾ ਨਾਮ ਜਗਤਾਰ ਸਿੰਘ ਆ ਔਰ ਅਤੇ ਇੱਕ ਦਾ ਨਾਮ ਬਲਜੀਤ ਸਿੰਘ ਆ, ਇੱਕ ਦਾ ਨਾਮ ਨਿਰਮਲ ਸਿੰਘ। ਪਰਿਵਾਰ ਚੋਂ ਨੇ ਜਿਹੜੇ? ਇੱਕੇ ਪਰਿਵਾਰ ਚੋਂ ਹੈ ਜੀ, ਸ਼ਰੀਕਾ ਬਰਾਦਰੀ ਹੈ ਜੀ ਇਹਨਾਂ ਦੀ। ਤੇ ਇਹ ਆਪਣੇ ਖੇਤਾਂ 'ਚ ਕੰਮ ਕਰਦੇ ਪਏ ਸਨ? ਹਾਂਜੀ, ਇਹ ਆਪਦੇ ਖੇਤਾਂ 'ਚ ਕੰਮ ਕਰਦੇ, ਜਿਹੜਾ ਬਲਵੰਤ ਸਿੰਘ ਡੈਥ ਹੋਈ ਆ ਉਹਦੇ ਆਪਣੇ ਪਰਿਵਾਰ ਝੋਨਾ ਲਾਉਣ ਵਾਲੇ ਬੰਦੇ ਉਹਨਾਂ ਦੀ ਚਾਹ ਲੈ ਕੇ ਗਿਆ ਹੈ, ਉਹਦੇ ਵੇਖ ਕੇ ਖਲੋ ਗਿਆ ਜੀ, ਉਹਦੇ ਦਿਲ ਦੇ ਉੱਤੇ ਵੱਜੀ ਹੈ ਗੋਲੀ। ਉਹਦਾ ਕੋਈ ਝਗੜਾ ਹੈਗਾ ਸੀ? ਕੋਈ ਕਿਸੇ ਦਾ ਕੋਈ ਝਗੜਾ ਨਹੀਂ, ਉਹਨਾਂ ਦਾ ਵੀ ਨਹੀਂ ਕੋਈ ਝਗੜਾ। ਅੱਛਾ, ਹਾਂਜੀ, ਜਦੋਂ ਗੋਲੀ ਵੱਜੀ ਉਹਨਾਂ ਦਾ ਕਿਸੇ ਦਾ ਕੋਈ ਝਗੜਾ ਨਹੀਂ ਕਿਸੇ ਨਾਲ ਜੀ। ਕੀ ਮੰਗ ਕੀ ਕਰਦੇ ਹੋ? ਮੰਗ ਇਹ ਵੀ ਜੀ ਉਹਨਾਂ ਦੇ ਜੋ ਵੀ ਹੈਗੇ ਬੰਦਿਆਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ। ਕੋਈ ਉੱਥੇ ਵੀਡੀਓ ਕਿਸੇ ਨੇ ਬਣਾਈ ਹੈ? ਨਹੀਂ ਜੀ, ਵੀਡੀਓ ਕੋਈ ਪਤਾ ਨਹੀਂ ਲੱਗਾ ਜੀ, ਅਸੀਂ ਤੇ ਆਪ, ਅਸੀਂ ਆਪ ਉੱਥੇ ਖੁਦ ਮੌਜੂਦ ਹਾਂ, ਅਸੀਂ ਤਾਂ ਆਪ ਲੁਕੇ ਹਾਂ ਜੀ। ਪਿੰਡ ਦੇ ਹੀ ਆ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ? ਨਹੀਂ ਜੀ, ਉਹ ਸ਼ਹਿਰ ਦੇ ਆ। ਉਹ ਸ਼ਹਿਰ ਦੇ? ਮਜ਼ਬੀ ਸਿੱਖ ਹੈ। ਤੁਹਾਡਾ ਕਿਹੜਾ ਪਿੰਡ? ਸਾਡਾ ਪਿੰਡ ਕਾਕੜੀ ਹੈ। ਲੁੱਪ ਗਏ? ਹਾਂਜੀ, ਲੁੱਪ ਗਏ। ਪਹਿਲੀ ਵਟਾਈ ਆ 40 ਸਾਲ ਹੋ ਗਏ ਵਟਾਉ ਬੰਦਿਆਂ ਨੂੰ ਜੀ। ਇਹ ਕਿਹੜਾ ਗਮਾਨਪੁਰੇ ਦਾ ਮਜ਼ਬੀ ਸਿੰਘ ਆ ਜੀ। ਇਹਨਾਂ ਬੰਦੇ ਲਿਆਂਦੇ 30-40 ਬੰਦੇ, 4 ਗੱਡੀਆਂ, 5-6 ਹਥਿਆਰ, ਉਹਨਾਂ 2-315 ਦਨਾਲੀਆਂ ਪਿਸਤੌਲ ਆ। ਅਸੀਂ ਡੱਕਦੇ ਰਹੇ, ਗੋਲੀਆਂ ਸਿੱਧੀਆਂ ਮਾਰੀ ਗਏ, ਅਸੀਂ ਆਪ ਗੱਡੀ ਦੇ ਉਹ ਲਿਓ ਗਏ ਬਜੇ ਦੇ। ਕਿੰਨੀਆਂ ਗੋਲੀਆਂ ਚਲਾਈਆਂ? ਗੋਲੀਆਂ ਤਾਂ 50-60 ਫੈਲ ਹੋਏ ਗਏ, ਪਿੰਡੋਂ ਜਾਂਦੇ ਮੁੰਡੇ ਉਹਨਾਂ ਨੂੰ ਠੋਕੀ ਆਉਂਦੇ ਰਹੇ। ਕੋਈ ਪਹਿਲੀ 'ਤੇ ਝਗੜਾ ਸੀ? ਪਹਿਲੀ ਵਟਾਂਦਰਾ, ਅਸੀਂ ਝਗੜਾ ਵੀ ਕੋਈ ਨਹੀਂ। ਅਤੇ ਕਿੰਨੇ ਜਾਣੇ ਦੀ ਡੈਥ ਹੋ ਗਈ?
ਦੋਵਾਂ ਜਾਣਿਆਂ ਦੀ ਡੈਥ ਜ਼ਖਮੀ ਕਿੰਨੇ ਤਿੰਨ ਜ਼ਖਮੀ ਜ਼ਖਮੀ ਤਿੰਨ ਨਹੀਂ ਪੰਜ ਜ਼ਖਮੀ ਪੁਲਿਸ ਮੌਕੇ ਪਹੁੰਚੀ ਉੱਥੇ ਜ਼ਖਮੀ ਕਿੰਨੇ ਨੇ ਪੰਜ ਪੰਜ ਜ਼ਖਮੀ ਹਾਂ ਇੱਕ ਅਜੇ ਪਿੰਡ ਆ ਤਿੰਨ ਇੱਥੇ ਆ ਅੱਛਾ ਪੰਜ ਜਣੇ ਜ਼ਖਮੀ ਹੋਏ ਦੋ ਹੀ ਇੱਥੇ ਸਾਨੂੰ ਚਾਰ ਇੱਥੇ ਆ ਤੇ ਇੱਕ ਉੱਥੇ ਅਜੇ ਕੀ ਮੰਗ ਕੀ ਕਰਦੇ ਨੂੰ ਪੁਲਿਸ ਨੂੰ ਮੰਗ ਆਈਆਂ ਨੇ ਵੀ ਪਰਚੇ ਹੋਣੇ ਚਾਹੀਦੇ ਨੇ ਹਥਿਆਰ ਹੀ ਹੋਣਾ ਸਾਰੇ ਨਜਾਇਜ਼ ਹਥਿਆਰ ਆ ਕੌਣ ਸੀ ਉਹ ਮਜਬੀ ਸਾਰੇ ਮਜਬੀ ਨਹੀਂ ਨਹੀਂ ਪਿੰਡ ਦੇ ਹੀ ਨੇ ਨਹੀਂ ਗਮਾਨਪੁਰੇ ਦੇ ਆ ਲੋਪੋਕੇ ਲਾਗੇ ਕਾਕੜ ਤਰੀਨ ਪਿੰਡ ਲੜਾਈ ਪਹਿਲੀ ਝਗੜੇ ਤੋਂ ਹੋਈ ਹੈ ਤੇ ਉਹਨਾਂ ਜਾ ਕੇ ਇਹਨਾਂ ਦੇ ਗੱਲਬਾਤ ਕਰਨ ਆਏ ਨੇ ਉਹ ਕਹਿੰਦੇ ਗੋਲੀਆਂ ਚਲਾਤੀਆਂ ਸਾਨੂੰ ਇਹ ਪਤਾ ਲੱਗਾ ਦੋ ਜਣਿਆਂ ਦੀ ਡੈਥ ਹੋ ਗਈ ਹੈ ਜ਼ਖਮੀ ਅੰਦਰ ਹੈਗੇ ਤਿੰਨ ਕੁ ਚਾਰ ਅੰਦਰ ਜ਼ਖਮੀ ਨੇ ਚੌਂਕੀ ਇਲਾਕੇ ਚੋਂ ਆਏ ਨਾ ਇੱਥੇ ਦੀ ਪ੍ਰੋਟੈਕਸ਼ਨ ਵਾਸਤੇ ਥਾਣਾ ਕੰਟੋਨਮੈਂਟ ਤੋਂ ਆਏ ਮੋਲ ਪੇ ਕੁਛ ਹਾਂਜੀ ਨਾਮ ਕੀ ਨਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਸਾਨੂੰ ਗੁਰਭਜਨ ਸਿੰਘ ਪਿੰਡ ਕਾਕਰ ਤਰੀਨ ਥਾਣਾ ਲੋਪੋਕੇ ਅੰਮ੍ਰਿਤਸਰ ਦੂਜਾ ਨਾਮ ਬੇਅੰਤ ਸਿੰਘ ਸਾਨੂੰ ਕਰਨੈਲ ਸਿੰਘ ਆ ਚਾਚੇ ਤਾਇਆਂ ਦੇ ਹੈਗੇ ਜੀ ਤੇ ਜ਼ਖਮੀ ਹੈਗੇ ਉਹ ਸਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਤਫਤੀਸ਼ ਤੇ ਪਤਾ ਲੱਗੇਗਾ ਅਗਲੀ ਜਾਣਕਾਰੀ ਅੱਜ ਲੋਕਲ ਆਏ ਨਾ ਪੁੱਛ ਕਿੰਨੇ ਨੇ ਤੇ ਮੌਤ ਕਿੰਨੇ ਜਣੇ ਦੀ ਹੋ ਚਾਰ ਜਣੇ ਜ਼ਖਮੀ ਹੈ ਤੇ ਦੋ ਜਣੇ ਦੀ ਡੈਥ ਹੋ ਚੁੱਕੀ ਤੇ ਕੀ ਗੋਲੀਆਂ ਕਿੰਨੀਆਂ ਚੱਲੀਆਂ ਸੀ ਕਿਹਾ ਜਾ ਰਿਹਾ ਕਿ ਇੱਕ ਤੇਰ ਕੋ ਜ਼ਿਆਦਾ ਇਹਦੇ ਬਾਰੇ ਸਾਨੂੰ ਨਹੀਂ ਪਤਾ ਜੀ ਲੋਕਲ ਪੁਲਿਸ ਨੂੰ